ਸਭ ਤੋਂ ਪਹਿਲੇ ਮੈਂ ਜੋ ਕੱਲ੍ਹ ਬੜੀ ਘਿਨੌਣੀ ਹਰਕਤ ਕੀਤੀ ਗਈ, ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਬਾਰ ਸਾਹਿਬ, ਮੈਂ ਸਖ਼ਤ ਤੋਂ ਸਖ਼ਤ ਲਫ਼ਜ਼ਾਂ ਨਾਲ ਨਿੰਦਾ ਕਰਦਾ। ਐਂ ਲੱਗਦਾ ਕਿਸੇ ਸਾਜਿਸ਼ ਤਹਿਤ ਆਹ ਕੰਮ ਕੀਤਾ ਜਾ ਰਿਹਾ, ਕਿਉਂਕਿ 15 ਤਰੀਕ ਨੂੰ ਤਕਰੀਬਨ 3-4 ਦਿਨ ਪਹਿਲੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਗੁਟਕਾ ਸਾਹਿਬ ਨੂੰ ਪਾੜ ਕਰ ਉੱਥੇ ਸਿੱਟੇ ਗਏ ਸੀ ਗੁਟਕਾ ਸਾਹਿਬ। ਉਹ ਜਿਹੜੇ ਜਿਨ੍ਹਾਂ ਨੇ ਕੀਤਾ ਸੀ ਉਹਨੂੰ ਪੁਲਿਸ ਨੂੰ ਉਹਦੇ ਹਵਾਲੇ ਕੀਤਾ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਦੇਖ ਲਓ ਕੱਲ੍ਹ ਆ ਹੋ ਗਿਆ, ਅੱਜ ਮੈਨੂੰ ਪਤਾ ਲੱਗਿਆ ਕਪੂਰਥਲੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਸੋ ਕਿਸੇ ਸਾਜਿਸ਼ ਤਹਿਤ ਆ ਚੁਹ ਰਿਹਾ, ਸਿੱਖ ਪੰਥ ਕਿਤੇ ਬਰਦਾਸ਼ਤ ਨਹੀਂ ਕਰਦਾ। ਖਾਸ ਕਰਕੇ ਜੋ ਦਰਬਾਰ ਸਾਹਿਬ ਦੇ ਅੰਦਰ ਹੋਇਆ ਉਹ ਤਾਂ ਬਰਦਾਸ਼ਤ ਤੋਂ ਵੀ ਉੱਤੇ ਹੈ, ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹ ਜੀ ਮਾੜੀ ਹਰਕਤ ਕੀਤੀ ਗਈ ਹੈ। ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਇਹਦਾ ਪਤਾ ਲਗਾਉਣਾ ਚਾਹੀਦਾ ਕਿ ਕਿਹੜੀਆਂ ਤਾਕਤਾਂ ਲੱਗ ਗਈਆਂ ਪੰਜਾਬ ਦਾ ਮਾਹੌਲ ਖਤਮ ਖਰਾਬ ਕਰਨ ਨੂੰ। ਜਦੋਂ ਇਲੈਕਸ਼ਨ ਆਉਂਦੇ ਹੈ ਆਹ ਤਾਕਤਾਂ ਸ਼ੁਰੂ ਹੋ ਜਾਂਦੀਆਂ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ। ਸੋ ਸ਼੍ਰੋਮਣੀ ਅਕਾਲੀ ਦਲ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਸਖ਼ਤ ਸ਼ਬਦਾਂ ਨਾਲ ਕਿ ਜੋ ਦੋਸ਼ੀ ਹੈ ਪਤਾ ਕਰਾਓ, ਕਿਉਂਕਿ ਜਿਹੜੀ ਗੱਲ ਦਰਬਾਰ ਸਾਹਿਬ ਹੋ ਗਈ ਹੈ ਉਹ ਤਾਂ ਲਿਮਿਟ ਹੈ, ਉਹਦਾ ਇਹਦਾ ਕੋਈ ਸੋਚ ਵੀ ਨਹੀਂ ਸਕਦਾ ਸੀ ਜਿਸ ਜਿਵੇਂ ਉਹ ਕੀਤੀ ਗਈ ਹੈ। ਜੇ ਐਡੀ ਵੱਡੀ ਗੱਲ ਹੋ ਸਕਦੀ ਹੈ ਇਹਦਾ ਮਤਲਬ ਇਹਦੇ ਮਗਰ ਜ਼ਰੂਰ ਕੋਈ ਤਾਕਤ ਹੈ। ਸੋ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ਰੂਰ ਪਤਾ ਲਗਾਉਣਾ ਚਾਹੀਦਾ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਪਤਾ ਉਹਦੇ ਮਗਰ ਕੌਣ ਹੈ ਪਤਾ ਲਗਾ ਕੇ ਉਹਨੂੰ ਸਜ਼ਾ ਦੇਣੀ ਚਾਹੀਦੀ। ਵੀਰ ਜੀ, ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੇ ਅਪੀਲ ਕੀਤੀ ਹੈ ਸਾਰੀਆਂ ਪਾਰਟੀਆਂ ਨੂੰ ਵੀ ਇਕੱਠੀਆਂ ਹੋ ਕੇ ਹੁਣ ਇਹਦੇ ਰਾਜਨੀਤੀ ਨਾ ਕੀਤੀ ਜਾਵੇ ਲਗਾਤਾਰ। ਮੈਂ ਉਹੀ ਕਹਿਣਾ ਚਾਹੁੰਦਾ, ਜਿਹੜੇ ਬੇਅਦਬੀ ਕਰਦੇ ਹੈ ਉਹ ਦੋਸ਼ੀ ਫੜੇ ਜਾਣ। ਬੜਾ ਦੁੱਖ ਹੈ ਕਿ ਸਿਆਸੀ ਪਾਰਟੀ, ਕਈ ਪਾਰਟੀ, ਕਈ ਜਥੇਬੰਦੀਆਂ ਨੇ ਪਿਛਲੀ ਵਾਰ ਵੀ ਸਿਆਸਤ ਕੀਤੀ, ਐਕਤੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਕਿਉਂਕਿ ਆਹ ਗੁਰੂ ਦੀ ਬੇਅਦਬੀ ਦਾ ਮਸਲਾ ਹੈ, ਕੋਈ ਸਿਆਸਤ ਦਾ ਮਸਲਾ ਨਹੀਂ ਹੈ। ਸੋ ਮੈਂ ਇਹਦੇ 'ਚ ਇੱਕੋ ਹੀ ਗੱਲ ਕਰਨਾ ਚਾਹੁੰਦਾ, ਦੋਸ਼ੀ ਫੜੇ ਜਾਣੇ ਚਾਹੀਦੇ ਹੈ, ਐਂ ਨਹੀਂ ਕਿ ਹੁਣ ਸਿਆਸਤ ਕਰਨਾ ਸ਼ੁਰੂ ਕਰ ਦਿਉ। 5 ਸਾਲ ਪਿਛਲੇ ਕਾਂਗਰਸ ਸਰਕਾਰ ਨੇ ਸਿਆਸਤ ਕੀਤੀ ਹੈ, ਦੋਸ਼ੀਆਂ ਤਰਫ ਧਿਆਨ ਨਹੀਂ ਦਿੱਤਾ, 5 ਸਾਲ ਖਰਾਬ ਕਰਤੇ, ਤਾਂ ਹੁਣ ਜਿਹੜੇ ਬੇਅਦਬੀ ਕਰਨ ਵਾਲੇ ਨੂੰ ਹੋਰ ਜ਼ਿਆਦਾ ਹਿੰਮਤ ਮਿਲ ਰਹੀ ਹੈ। ਜਦੋਂ ਆਪਾਂ ਸਿਆਸਤ ਰੋਕ ਕੇ ਬੇਅਦਬੀ ਕਰਨ ਵਾਲੇ ਨੂੰ ਫੜ ਕੇ ਅੰਦਰ ਕਰਾਂਗੇ, ਇਹ ਜੀਆਂ ਹਰਤਨਾ ਬੰਦ ਹੋਣੀਆਂ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।